ਅਸੀਂ ਫਰੈਂਡ ਆ ਇਹ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਲਾਪਰਵਾਹੀਆਂ ਹੁੰਦੀਆਂ ਨੇ ਆ ਨੋਵਾ ਗੱਡੀ ਆ ਖੁੱਲੇ ਛੱਡ ਆ ਸ਼ੀਸ਼ਾ ਹੀ ਖੁੱਲਾ ਪਿਆ ਹਨਾ ਇਹ ਜੀ ਜਗ੍ਹਾ ਜਿੱਥੇ ਬੰਦਾ ਨਾਲੇ ਪੈਸੇ ਦਿੰਦਾ ਨਾਲੇ ਲੈਣ ਚਲਾਇਆ तुझे देखने के लिए कितनी बड़ी लाइन में लगना पड़ा है मित्रो ही आए बाजरा होता है ऑर्डर सर आपकी हंसी के पीछे शैतानी देख रही है मुझे आहा हाँ जी मित्रों वेलकम बैक टू अनदर ब्लॉग ते मैं पता बहुत टाइम बाद आ रहा ब्लॉग क्योंकि मैं घरों बाहर निकलते ही नहीं फिलहाल आप थोड़ा मोटा पढ़न लग गए तो अज आप आया मोहाली ते अपने भाई साहब अपने बड़े भाई साहब प्रिंस मॉडल जी हनी हनी जरा भुल गया प्रिंस लिखा रहे ने जस्सा डाउन पासपोर्ट चेक अपलाई कर बाकी हूं गड्डी साफ करके बैठे ने बाई जी अपने ओहो आए हाय हाय बहुत टाइम बाद कहते लूना चाहे बैठे जट पासपोर्ट दी जावांगे उम्मीद नहीं कोई बस है मौके ते कोई काम बन लगा है चल भी पासपोर्ट इना बनाना जरूरी है होर ਕੀ ਉਹਦਾ ਕਿੱਥੇ ਵਜਾਣਾ ਪੈ ਜੇ ਸ਼ੂਟ ਕਰਾਂ ਕਹੀਂ ਮੇਰਾ ਬਣਿਆ ਮੈਨੂੰ ਵੀ ਗੈ ਲੈ ਜੀ ਹਾਂ ਕਿਹੜਾ ਢੋਲਕੀ ਵਾਲਾ ਵਜਾ ਕੇ ਢੋਲ ਲੈ ਕੇ ਜਾਵਾਂਗੇ ਨਾਲ ਢੋਲ ਦੀ ਵੀ ਲੋੜ ਹੈ ਇੱਕ ਹਲਵਾਈ ਹਲਵਾਈ ਵਾਲਾ ਰੋਡ ਦਾ ਸਾਲਾ ਮੈਨੂੰ ਵਧੀਆ ਮਿਲ ਜੂਗਾ ਤੇ ਕੱਲ ਨੂੰ ਅਪਾਰਟਮੈਂਟ ਹੈਗੀ ਆਪਣੀ ਆਪਾਂ ਉਸੇ ਪਹੁੰਚਣਾ ਵੈਸੇ 10 15 ਦਾ ਟਾਈਮ ਦਿੱਤਾ ਉਹਨਾਂ ਨੇ ਅਪਾਰਟਮੈਂਟ ਸ਼ੁਰੂ ਹੋਊਗੀ 10 30 ਤੇ ਉੱਥੇ ਵੀ ਦਿਖਾਵਾਂ ਤੁਹਾਨੂੰ ਮਾਹੌਲ ਤੇ ਅੱਜ ਫਿਲਹਾਲ ਆਪਾਂ ਹੈਗੇ ਆ ਖਾਰੜ अपने भाई साहब नूं पहला तां मुबारकां नवें फ्लैट दीआं बहुत ज्यादा बहुत वधाईआं ते हुण आपां खारणा फिलहाल ते आपां चलिआं चंडीगढ़ ते भाई नूं कम सी थोड़ा जिहा होर वी घुम के आवां किते ते कमा के लिआउणगे मैनूं कहिंदे तूं आया बहुत टाइम बाद इस धरती ते पैर रखे ਪਾਪਾ ਪਹੁੰਚ ਗਏ 3v2 ਚ ਤੇ 3v2 ਆ ਗਏ ਵੀਰੇ 3v2 ਦੇਖ ਨਹੀਂ ਰਿਹਾ ਜੱਸਾ ਡਾਉਣ ਹੁਣ ਦੇ ਬਹੁਤ ਟਾਈਮ ਬਾਅਦ ਆਇਆ ਆਪਾਂ मुंडे हरिया नीलिया नीलिया लाइटा लाइया हुई ने पछाण है चोपरा दी जदों भी कितने जाना पहला गुसल खाने के नहीं जाना तो जिसका इंतजार था हमें इतने टाइम से वो आ चुके हैं आपने इनको हमारे साथ रील्स में देखा होगा पर ये बहुत बड़े स्टार हैं हम आपके सामने रखते हैं मिस रिया राजपूत हाँ। नाले होर दा नाम तेरा पटियाली पटियाल पटियाला तेरे बड़ा गुस्सा है असी फ्रेंड हाँ असी कोई साडा वो नहीं है लवर वाला रिलेशन नहीं मैं गल मैं क्लीयर कर देना चाहना क्योंकि बहुत लोग इनू मैसेज करते ठीक है पर यही कोई गल नहीं है फिलहाल असी चाह पीन बैठे हाँ यू कैन सी कल इनू पार्टी करके आनी है मेरे बर्थडे फ्री बर्थडे पार्टी कर रहे हैं मैं गिफ्ट भी लैना साड़ी यही शर्त लगी सी ते हुण चाह चू पीने आपां कौन है बहुत ज्यादा
ਕੱਲ ਨੂੰ ਫਿਰ ਸਵੇਰੇ ਉੱਧਰ ਜਾਣਾ ਹੈ ਅਪਾਰਟਮੈਂਟ ਹੈ ਸਵੇਰੇ ਬਣੀ ਰਹੋ ਵਲੌਗ ਨਾਲ ਮੈਂ ਆਪਕਾ ਦੋਸਤ ਐਂਡ ਹੋਸਟ ਮਨਪ੍ਰੀਤ ਲੋਚੋ ਔਰ ਹਮਾਰੇ ਸਾਥ ਹੋਸਨੋ ਕੀ ਬਰੀ ਠੀਕ ਹੈ ਬਾਏ ਮਿਲਦੇ ਹਾਂ ਕੱਲ ਨੂੰ ਟਾਈਮ ਨਾਲ ਉੱਠ ਖੜੀ ਟਾਟਾ ਟਾਟਾ ਚਲੋ ਜੀ ਕਿਥੇ ਘੁੰਮਣਾ ਸੋ ਜਾਣਾ ਦੱਸੇ ਯੈਸ ਯੈਸ ਬ੍ਰੋ ਹਾਂਜੀ ਸੋ ਆਪਾਂ ਤੱਕੇ ਖਾ ਕੇ ਘੁੰਮ ਘੁੰਮਾ ਕੇ ਪਹੁੰਚ ਗਏ ਭਾਈ ਦੇ ਘਰੇ ਅਤੇ ਹੁਣ ਆਪਾਂ ਰੈਸਟ ਕਰਦੇ ਹਾਂ ਸਰ ਬਹੁਤ ਦੁੱਖ ਰਿਹਾ ਬਹੁਤ ਜ਼ਿਆਦਾ ਅਤੇ ਸਵੇਰੇ ਜਲਦੀ ਉੱਠਣਾ ਕਿਉਂਕਿ ਟ੍ਰੈਫਿਕ ਵਾਲੀ ਹੁੰਦੀ ਆ ਅਤੇ ਉੱਥੇ ਜਾਣਾ ਆਪਾਂ ਟ੍ਰਿਬਿਊਨ ਚੌਂਕ ਹੁੰਦਾ ਟ੍ਰਿਬਿਊਨ ਚੌਂਕ ਜਾਣਾ ਅਤੇ ਆਪਾਂ ਸਹੀ ਟਾਈਮ 'ਤੇ ਪਹੁੰਚਣਾ ਪ੍ਰੋਪਰ ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਗਲਤੀ ਹੋਵੇ ਅਤੇ ਹੁਣ ਬਸ ਉਹ ਸੌਣ ਲੱਗਿਆ ਅਤੇ ਸਵੇਰੇ ਮਿਲਦੇ ਹਾਂ ਉੱਥੇ ਗੁੱਡ ਨਾਈਟ ਸਾਰਿਆਂ ਨੂੰ ਗੁੱਡ ਮਾਰਨਿੰਗ ਅਤੇ ਵੈਲਕਮ ਉਹੀ ਵਲੌਗ 'ਚ ਪਹਿਲਾਂ ਵਾਲੀ 'ਚ ਅਤੇ ਨਾ ਸਵੇਰ ਦਾ ਮੇਰਾ ਦਿਮਾਗ ਬਹੁਤ ਖਰਾਬ ਹੋ ਰਿਹਾ ਅਸੀਂ ਉੱਠੇ ਕਿੰਨੇ ਵਜੇ ਉੱਠੇ ਸੀ ਆਪਾਂ ਸਾਢੇ 8 ਨਾ ਨਾ ਉਦੋਂ ਪਹਿਲਾਂ ਕਿੰਨੇ ਵਜੇ ਉੱਠੇ ਸੀ ਉਦੋਂ ਪਹਿਲਾਂ 7 ਵਜੇ 7 ਵਜੇ ਉੱਠੇ ਇਹ ਮੈਨੂੰ ਉਠਾਉਣ ਲੱਗ ਗਿਆ ਭਾਈ ਸਾਹਿਬ ਆਪਣੇ ਮੈਂ ਠਾਇਆ ਸੀ ਅਤੇ ਉਦੋਂ ਮੈਂ ਕਹਿੰਦਾ ਮੈਂ 20 ਮਿੰਟ ਹੋਰ ਸੋ ਜਾਈਏ ਉਹ ਪਤਾ ਨਹੀਂ ਲੱਗਿਆ 40 ਮਿੰਟ ਕਦੋਂ ਲੰਘ ਗਏ ਉਦੋਂ ਬਾਅਦ ਉੱਠ ਕੇ ਨਹਾਉਣ ਨਹੁਣ ਲੱਗ ਗਏ ਰੋਟੀ ਰੋਟੀ ਖਾਣ ਲੱਗ ਗਏ ਅਪਾਰਟਮੈਂਟ ਹੈਗੀ ਸੀ ਮੇਰੀ ਵੀ ਮਤਲਬ ਇੱਥੇ ਆਉਣ ਦਾ ਟਾਈਮ ਹੈਗਾ ਸੀ 10:15 ਤੇ ਅਪਾਰਟਮੈਂਟ ਹੈਗੀ ਸੀ 10:30 ਵਜੇ ਰਾਸਤੇ 'ਚ ਟ੍ਰੈਫਿਕ ਵੀ ਮਤਲਬ ਬੱਤੀਆਂ 3 ਵਾਰੀ ਜਗੀਆਂ ਬੁਝੀਆਂ ਅਤੇ ਉੱਥੇ ਖੜੇ ਰਹੇ ਇੰਨਾ ਟਾਈਮ ਉੱਥੇ ਲੱਗ ਗਿਆ ਉੱਥੋਂ ਤੁਰੇ 10 ਤੋਂ ਵੀ ਟੱਪ ਗਿਆ ਟਾਈਮ ਇੱਧਰ ਆਏ ਉੱਥੇ ਬੱਤੀਆਂ ਹੁਣ ਬਸ ਹੋ ਗਿਆ ਕੰਪਲੀਟ ਹੁਣ ਮੈਨੂੰ ਪੂਰੀ ਸ਼ਾਂਤੀ ਮਿਲ ਗਈ ਵੀ ਠੀਕ ਹੈ ਵੀ ਕੰਮ ਬਣ ਗਿਆ ਮੇਰੇ ਨਾਲ ਇਹ ਚੀਜ਼ਾਂ ਬਣਦੀਆਂ ਨੇ ਜਦੋਂ ਵੀ ਮੈਂ ਕੋਈ ਡਾਕੂਮੈਂਟ ਦਾ ਕੰਮ ਕਰਨਾ ਹੋਵੇ ਕੋਈ ਨਾ ਕੋਈ ਦਿੱਕਤ ਆਉਣੀ ਹੀ ਆਉਣੀ ਹੈ ਮੈਨੂੰ ਪਤਾ ਸੀ ਪਰ ਐਟ ਦ ਐਂਡ ਕੰਮ ਬਣ ਗਿਆ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਬਾਈ ਵੀ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਵੀਰੇ ਗਾਲਾਂ ਪੈਂਦੀਆਂ ਤੇ ਜੇਲਣ ਲੱਗ ਅਤੇ ਹੁਣ ਆਪਾਂ ਚੱਲੇ ਹਾਂ ਅਲਾਂਟੇ ਥੋੜ੍ਹਾ ਜਿਹਾ ਫੰਡ ਸ਼ਾਂਡ ਕਰ ਲਈਏ ਮਹਾਂ ਅਤੇ ਬਸ ਪਾਰਕਿੰਗ ਜੋ ਕੱਟ ਰਹੇ ਸੀ ਭਾਈ ਸਾਹਿਬ ਗੱਡੀ ਆਪਣੀ ਤੇ ਹੁਣ ਤੁਹਾਨੂੰ ਕੌਣ ਹੈ ਐਡੀ ਮਹਿੰਗੀ ਗੱਡੀ ਸ਼ੀਸ਼ੇ ਖੁੱਲੇ ਛੱਡ ਗਿਆ ਹਾਂ ਇਹ ਨਾ ਲਾਪਰਵਾਹੀਆਂ ਹੁੰਦੀਆਂ ਨੇ ਆ ਨੋਵਾ ਗੱਡੀ ਆ ਖੁੱਲੇ ਛੱਡ ਗਿਆ ਸ਼ੀਸ਼ਾ ਹੀ ਖੁੱਲਾ ਪਿਆ ਹਨਾ ਯਾਰ ਇਹਦੇ ਬੈਗ ਸ਼ੈਗ ਪਏ ਨੇ ਵੀ ਇਹ ਚੀਜ਼ਾਂ ਦੇਖਿਆ ਕਰੋ ਯਾਰ ਉਹਦਾ ਠੀਕ ਆ ਚੱਲ ਵੀ ਸਾਈਡ ਤੇ ਖੜੀ ਆ ਪਤਾ ਨਹੀਂ ਲੱਗਦਾ ਹੈਗਾ ਇਹਨਾਂ ਪਰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਆਪਣੀ ਗੱਡੀ ਖੜੀ ਸੀ ਨਾ ਨਾਲ ਤਾਂ ਦੱਸੋ ਇਹ ਚੀਜ਼ਾਂ ਵੀ ਦੇਖ ਲਿਆ ਕਰੋ ਆਪਦਾ ਤੁਸੀਂ ਮਤਲਬ ਵੀ ਜਿਵੇਂ ਪਾਸਪੋਰਟ ਵਗੈਰਾ ਹਨਾ ਅਪਲਾਈ ਕਰਾਉਣੇ ਉਹ ਤੁਸੀਂ ਆਪ ਵੀ ਕਰ ਸਕਦੇ ਹੋ ਮੈਂ ਵੀ ਆਪੇ ਕਰਾ ਦੀ ਕਾਹ ਤੋਂ ਪੈਸੇ ਵੱਧ ਲਾਉਣੇ ਆ ਆਪ ਵੀ ਥੋੜੀ ਨੌਲੇਜ ਰੱਖਿਆ ਕਰੋ ਇਹ ਚੀਜ਼ਾਂ ਬਾਰੇ ਉਦੋਂ ਬਾਅਦ ਵੀ ਜਦੋਂ ਆਪਾਂ ਇੱਥੇ ਆਉਂਦੇ ਹਾਂ ਉਹ ਮੰਗਦੇ ਕਹਿੰਦੇ ਹੁੰਦੇ ਵੀ ਤੁਸੀਂ ਜੇ ਕਵਰ ਵਗੈਰਾ ਲੈਣਾ ਜਾਂ ਕੁਛ ਵੀ ਹਨਾ ਸਿਸਟਮ ਤੇ ਉਹ ਉੱਥੋਂ ਨਾ ਲਿਆ ਕਰੋ ਬੜਾ ਮਹਿੰਗਾ ਸਿਸਟਮ ਅੰਦਰ ਤੇ ਬਸ ਇਹੀ ਤੁਹਾਨੂੰ ਮੈਂ ਸਲਾਹ ਦਿੰਦਾ ਥੋੜੀਆਂ ਮੋਟੀਆਂ ਟਿਪਸ ਤੇ ਹੁਣ ਆਪਾਂ ਬਸ ਅਲਾਂਟੇ ਚੱਲੇ ਹਾਂ ਥੋੜ੍ਹਾ ਜਿਹਾ ਮਨ ਜਿਹਾ ਵਧੀਆ ਕਰ ਲਈਏ ਤੇ ਉਧਰੋਂ ਰੀਆ ਵੀ ਆ ਰਹੀ ਹੈ ਉਹ ਸਵੇਰੇ ਲੇਟ ਉੱਠੀ ਉਹਨੂੰ ਵੀ ਨਾਲ ਲੈ ਕੇ ਆਉਣਾ ਸੀ ਜੇ ਅਸੀਂ ਉਹਨੂੰ ਲੈਣ ਵਗ ਜਾਂਦੇ 3v2 side ਤਾਂ ਅਸੀਂ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਅਤੇ ਬਸ ਹੁਣ ਆਪਾਂ ਤੁਹਾਨੂੰ ਅਲਾਂਟੇ ਜਾ ਕੇ ਮਿਲਦੇ ਹਾਂ ਆਪਾਂ ਪਹੁੰਚ ਗਏ ਅਲਾਂਟੇ 'ਚ ਅਤੇ ਇੱਥੇ ਪਤਾ ਨਹੀਂ ਆਹ ਬਣਾ ਰੱਖਿਆ ਆਈ ਡੋਂਟ ਨੋ ਵਟ ਇਜ਼ ਦਿਸ ਅਤੇ ਆਪਾਂ ਐਨਕਾਂ ਲਾ ਲਈਆਂ ਥੋੜ੍ਹੀ ਫੁਕਰੀ ਵੀ ਜ਼ਰੂਰੀ ਹੈ ਥੋੜ੍ਹੀ ਫੁਕਰੀ ਮਾਰਾਂਗੇ ਮੈਨੂੰ ਇਹ ਲੱਗਦਾ ਮੇਰੇ ਸੋਹਣੀਆਂ ਲੱਗ ਰਹੀਆਂ ਨੇ ਕਿ ਨਾ ਬਟ ਸਹੀ ਹੈ ਬਾਹਰ ਜਾ ਕੇ ਇੱਕਣ ਦੀ ਰੀਲ ਬਣਾਉਂਦੇ ਹਾਂ ਇੰਨੇ ਰੀ ਆ ਜੂ ਕਿਆ ਮਾਹੌਲ ਹੈ ਕਹਿੰਦੇ ਗੱਡੀਆਂ ਘੁੰਮ ਰਹੀਆਂ ਨੇ ਅਤੇ ਆਹ ਮੈਡਮ ਜੀ ਆ ਗਈ ਸੌਂ ਲੱਗੇ ਦਾ ਬਾਲਾ ਇੰਤਜ਼ਾਰ ਕਰਾਇਆ ਜਮੀ ਮਨ ਖਰਾਬ ਕਰਤਾ ਇਹਨੇ ਬਹੁਤ ਇਹਨੇ ਮੈਨੂੰ ਕਿਹਾ ਸੀ ਮੈਂ ਆ ਗਈ 1/2 ਘੰਟੇ 'ਚ ਆ ਗਈ 1/2 ਘੰਟੇ 'ਚ ਅਤੇ ਇੰਨਾ ਟਾਈਮ ਲੱਗਦਾ ਉਹ ਬਾਲਾ ਗੁੱਸਾ ਇਧਰੇ ਨੇ ਚੱਲ ਟਿਮ ਹੋਟਲ ਕਿਤੇ ਆ ਉਹ ਸੀ ਅਸੀਂ ਸੋਚਿਆ ਸੀ ਨਾ ਸੁਣਿਆ ਤਾਂ ਹੈਗਾ ਜੀ ਕਹਿੰਦੇ ਲੈਣ ਲੱਗਦੇ ਉੱਥੇ ਮੰਦਰ ਵਾਂਗੂ ਅਤੇ ਮੈਨੂੰ ਕਹਿੰਦੀ ਕਹਿੰਦੀ ਜਾ ਲੈ ਕੇ ਆਦੇ ਲੈਣ ਦੇਖੋ ਕੁਛ ਆਹ ਸਾਰੀ ਲਾਈਨ ਟਿਮ ਹੋਟਲ ਉੱਧਰ ਉਹ ਐਂਟਰੈਂਸ ਹੈ ਵੈਸੇ ਲਾਈਨ ਵਾਲੇ ਅੰਦਰ ਵਗ ਜਾਣਗੇ ਅੰਦਰ ਵੀ ਇੱਕ ਲਾਈਨ ਲੱਗੀ ਹੋਈ ਆ ਅਲੱਗ ਤੋਂ ਹੁਣ ਮੈਨੂੰ ਅਜਿਹਾ ਟਾਈਮ ਖੜ ਕੇ ਉਹ ਲੈ ਕੇ ਆਉਣੀ ਮੈਂ ਇਹਨੂੰ ਕਿਹਾ ਮੈਂ ਸਟਾਰ ਬੱਕ ਪੀ ਲੈ ਕਿੱਡੀ ਗੱਲ ਹੈ ਦੱਸ ਨਾ ਕਹਿੰਦੀ ਕਹਿੰਦਾ ਤਾਂ ਪੁਰਾਣੀ ਹੋ ਗਈ ਮੈਂ ਪੁਰਾਣੀ ਹੈ ਤਾਂ ਉਨੇ ਦੀ ਹੈ ਉਹ ਵੀ ਮਹਿੰਗੀ ਹੈ ਹੁਣ ਮੈਂ ਫਿਰ ਮੈਂ ਵਿਚਾਰਾ ਹੁਣ ਕੀ ਕਰਾਂ ਮੈਂ ਹੁਣ ਲਾਈਨ 'ਚ ਲੱਗ ਕੇ ਲੈ ਕੇ ਆਉਂਦਾ ਹੋਰ ਕੀ ਕਰ ਸਕਦੇ ਹਾਂ ਬਾਈ ਇਹੋ ਜਿਹੀ ਜਗ੍ਹਾ ਹੈ ਜਿੱਥੇ ਬੰਦਾ ਨਾਲੇ ਪੈਸੇ ਦਿੰਦਾ ਨਾਲੇ ਲਾਈਨ 'ਚ ਲੱਗਦਾ ਅੰਦਰ ਤੱਕ ਲਾਈਨਾਂ ਲੱਗੀਆਂ ਪਈਆਂ ਨੇ ਮੇਰੇ ਵੀਰੋ ਇੱਥੇ ਨਾ ਆਈਓ ਇਹ ਜੀ ਕੇ ਪਿੱਛੇ ਲੱਗ ਗਈ ਕਿਸੇ ਕੁੜੀ ਪਿੱਛੇ ਲੱਗ ਕੇ ਲਾਈਨਾਂ 'ਚ ਲੱਗਣਾ ਪੈ ਸਕਦਾ ਇੱਕ ਉਹ ਸਾਡਾ ਉਹ ਕਰੀ ਬੈਠਿਆ ਟੇਬਲ ਰੋਕੀ ਬੈਠਿਆ ਸਾਡਾ ਖੜਦੀ ਨੇ ਗੀ ਪੀਏ ਬਿਨਾ ਲਾਈਨ 'ਚ ਲਾ ਰੱਖਿਆ ਮੈਨੂੰ ਹੈ ਔਡਰ ਆਪਾਂ ਕਰਿਆ ਇਹ ਤੇ ਆਹ ਫੜਾਤੇ ਲਾਟੂ ਜੀ ਇਹ ਲਾਟੂ ਜੇ ਫੜਾਤੇ ਕਹਿੰਦੇ ਬੰਦੂ ਫੜ ਜਾ ਯਾਰ ਪਹਿਲਾਂ ਧਾਰਾਂ
ਕਹਿੰਦੇ ਬੀਪ ਕਰੂਗਾ ਫਿਰ ਤੁਹਾਨੂੰ ਕਹਿੰਦੇ ਆਰਡਰ ਮਿਲੂਗਾ ਤੇ ਉਹਨੇ ਭੁੱਲ ਕੇ ਇੱਕ ਕਰਤੀ ਦੂਸਰੀ ਉਹ ਇੱਕ ਮੈਂ ਹੋਰ ਕਰਾ ਕੇ ਲਿਆ ਇਹਦਾ ਹੋਰ ਹੋ ਜਾਂਦਾ ਹੁਣ ਇਹ ਜਦੋਂ ਵੱਜਿਆ ਤੁਹਾਨੂੰ ਦਿਖਾਵਾਂਗੇ ਕਿਵੇਂ ਜੇ ਇੱਕ ਵੱਜਿਆ ਉਹਨਾਂ ਲਾ ਕੇ ਰੱਖ ਲਓ ਹਨਾ ਵੀ ਕਦੋਂ ਵੱਜਦਾ ਉਦੋਂ ਫਿਰ ਆਰਡਰ ਲਿਆਉਣਾ ਚੱਕ ਕੇ ਕੋਈ ਫਾਇਦਾ ਨਹੀਂ ਯਾਰ ਜੂਸ ਜਾਸ ਪੀਓ ਯਾਰ ਖੜ ਕੇ ਰੋਡਾਂ 'ਤੇ ਕੀ ਕਰ ਰਹੇ ਹੋ ਯਾਰ ਤੁਸੀਂ ਟਿਮ ਹੋਟਲ ਨਾ ਬਿਨਾਂ ਦੱਸ ਕੀ ਹੋਗਾ ਤੁਹਾਨੂੰ ਟਿਮ ਹੋਟਲ ਪੀਣ ਨੂੰ ਚੱਲ ਕੋਈ ਨਾ ਇਹਦਾ ਸੱਤ ਲੱਗੀ ਨਹੀਂ ਹਜੇ ਤਾਂ ਹੁੱਡੀ ਲੈਣੀ ਆ ਸੱਚਾ ਤੂੰ ਇਹਦਾ ਹੁੱਡੀ ਵੀ ਲੈਣੀ ਹੈ ਹੁੱਡੀ ਲੈਣੀ ਹੈ ਲੈਣਾ ਬਾਈ ਮਾਰ ਕੇ तुझे देखने के लिए कितनी बड़ी लाइन में लगना पड़ा है ਹਜੇ ਆ ਵੀ ਰਹਿੰਦਾ ਵੱਜਣੋ ਇਹ ਪਤਾ ਨਹੀਂ ਕਦੋਂ ਵੱਜੂ ਜੇ ਆ ਗਿਆ ਬਲੌਗ 'ਚ ਤਾਂ ਠੀਕ ਹੈ ਊਂ ਇਹ ਟੂੰ 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 ਕਰਕੇ ਵੱਜਦਾ ਹੁੰਦਾ ਤੇਰਾ ਸਮਾਨ ਆ ਗਿਆ ਪੀ ਲੈ ਥੈਂਕ ਯੂ ਨੂੰ ਦੱਸ ਗਿਫਟ ਲੈਣਾ ਮੈਂ ਥੈਂਕ ਯੂ ਟੂੰਕ ਯੂ ਕੋਈ ਨਹੀਂ ਜੇ ਤੈਨੂੰ ਆਇਆ ਨਾ ਜੇ ਤੈਨੂੰ ਆਇਆ ਵੀ ਤੈਨੂੰ ਥੈਂਕ ਯੂ ਕਹਿ ਕੇ ਸਰ ਦੂ ਇਹ ਤਰ੍ਹਾਂ ਬੈਮ ਹੈ ਸਰ ਤੈਨੂੰ ਕਿਹਾ ਹੋਇਆ ਨਾ ਤੈਨੂੰ ਬਾਈ ਵੀ ਮਾਰ ਕੇ ਸੇਲ ਚ ਬਾਈ ਬੂਈ ਨਹੀਂ ਬੜੀ ਤਗੜੀ ਤੌਰ ਤੇ ਲੈ ਕੇ ਜਾਈ ਦੁਕਾਨ ਤੇ ਵੀ ਇਹ ਮਹਿੰਗਾ ਹੋਵੇ ਕੰਮ ਜਮਾ ਤੈਨੂੰ ਨੰਗ ਕਰ ਦੇਣਾ ਚੱਕਰ ਠੰਡੀ ਹੈ ਤੇਰੀ ਗੱਡੀ ਆ ਹੈ ਨਾ ਉਹ ਹਨੀ ਦਾ ਇੱਕ ਐਂ ਨਾ ਕਹੀਓ ਵੀ ਉਹ ਐਂ ਬੈਠਿਆ ਵਿਚਾਰਾ ਉਹਦਾ ਇਹ ਸਪੈਸ਼ਲ ਇੱਕ ਟੋਕਨ ਆ ਸਪੈਸ਼ਲ ਦਿੱਤਾ ਉਹਨੂੰ ਮਿੱਤਰ ਉਹ ਐਂ ਵੱਜਦਾ ਹੁੰਦਾ ਮੈਂ ਦਿਖਾ ਦਈਏ ਬਾਬਾ ਟਾਈਮ ਦਾ ਵੱਜ ਜਾਂਦਾ ਸੀ ਚੱਲ ਮੈਂ ਆਰਡਰ ਲੈ ਕੇ ਆਉਣਾ ਦੂਜਾ ਉਹ ਜਾ ਸਾਈਡ 'ਤੇ ਹੀੜੀ ਆਰਡਰ ਸਾਰਾ 13 ਥੈਂਕ ਯੂ ਪੀਓ ਪੀਓ ਆਰਾਮ ਹੋ ਜਾ ਬੈਠੀ ਆ ਉਰੇ ਵਿਚਾਲੇ ਇਹਨੇ ਕੀ ਹੈ ਉਹ ਯੇ ਬੋਕਸ ਨਹੀਂ ਮਾਰ ਰਿਹਾ ਪੀ ਜਾਓ ਹੁਣ ਆਪਕੀ ਹਸੀ ਕੇ ਪਿੱਛੇ ਸ਼ੈਤਾਨੀ ਦੇਖ ਰਹੀ ਆ ਮੁਝੇ ਬਸ ਮੈਂ ਤੁਹਾਨੂੰ ਇਹ ਸਲਾਹ ਦੇਣਾ ਚਾਹੂੰਗਾ ਕੁਛ ਨਹੀਂ ਰੱਖਿਆ ਊਂ ਇਹਨਾਂ ਪੈਸੇ ਲਾਓ ਮੇਰੀ ਤਾਂ ਵੈਸੇ ਇਹਦੇ ਨਾਲ ਡੀਲ ਹੋਈ ਸੀ ਮਹਾਂ ਮੈਂ ਸਸਤਾ ਫਿਰ ਵੀ ਸਸਤਾ ਪੈ ਜੂੰਗਾ ਚੱਲ ਉਸ ਹਿਸਾਬ ਨਾਲ ਮੈਂ ਪਰ ਤੁਸੀਂ ਨਾ ਉਹ ਕਰੋ ਇਹ ਚੀਜ਼ਾਂ ਅਵੋਇਡ ਕਰਿਆ ਕਰੋ ਐਵੇਂ ਖਰਚਾ ਕਰਨਾ ਅਤੇ ਹੁਣ ਪੀਂਦੇ ਹਾਂ ਮੈਨੂੰ ਉਹਦਾ ਸਵਾਦ ਤਾਂ ਹੋਣੀ ਨਹੀਂ ਮੈਂ ਜਸਟ ਟੇਸਟ ਕਰ ਲਾ ਮਹਾਂ ਤਾਂ ਕਰਕੇ ਆਪਾਂ ਪੀ ਲਈ ਇਹ ਅਤੇ ਮੈਂ ਜਿਹਨੇ ਹੈ ਨਾ ਪੀਣੀ ਆ ਤਾਂ ਫਰੈਂਚ ਵਨੀਲਾ ਇਹ ਕੋਲਡ ਤਾਂ ਇਹ ਟਰਾਈ ਕਰੀਓ ਕੋਲਡ ਕੌਫੀ ਵਗੈਰਾ ਕੋਈ ਐਡਾ ਟੇਸਟ ਨਹੀਂ ਹੈਗਾ ਉਹਨੇ ਦੂਸਰੀ ਪੀਤੀ ਦੀ ਕੋਲਡ ਕੌਫੀ ਅਤੇ ਮੈਂ ਅਤੇ ਹਣੀ ਨੇ ਆ ਪੀਤਾ ਚੰਗਾ ਟੇਸਟ ਹੈ ਵੀਰੇ ਪੀਣ 'ਚ ਵਾਹ ਵਾਹ ਨਾ ਹੌਲੀ ਹੌਲੀ ਪੀਓਗੇ ਤਾਂ ਬਹੁਤ ਹਾਂ ਹੌਲੀ ਹੌਲੀ ਪੀਓ ਇੰਨੇ ਸਾਡੀ ਪਿਘਲ ਗਈ ਹਜੇ ਰੀਲਾਂ ਰੂਲਾਂ ਬਣਾਈ ਜਾਂਦੇ ਸੀ ਆਹ ਹਾਂ ਅਤੇ ਹੁਣ ਆਪਾਂ ਚੱਲੇ ਹਾਂ ਭਾਈ ਸਾਹਿਬ ਗੱਡੀ ਕੱਢ ਰਹੇ ਨੇ ਉਹ ਹਾਰਨ ਮਾਰੀ ਜਾਂਦਾ ਸਾਈਡ ਹੋ ਜਾ ਵੂਮਨ ਇਹ ਤਾਂ ਪਤਾ ਲੱਗਦਾ ਵੀ ਅੱਖਾਂ ਖੋਲ ਕੇ ਤੁਰਨਾ ਚਾਹੀਦਾ ਬੰਦੇ ਨੂੰ ਸੋ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਉਹ ਬੈੱਲ ਆਈਕਨ 'ਤੇ ਵੀ ਕਲਿੱਕ ਕਰ ਲਿਓ ਤੁਹਾਨੂੰ ਨੋਟੀਫਿਕੇਸ਼ਨ ਪਾ ਜਾ ਕਰੂਗਾ ਵਲੌਗਸ ਦਾ ਸੋ ਥੈਂਕਸ ਫੋਰ ਵਾਚਿੰਗ ਅਤੇ ਲਵ ਯੂ ਸਾਰਿਆਂ ਨੂੰ